ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਈ ਵਾਰੀ ਆਪਣੇ ਘਰ ਇਹੋ ਜਿਹੇ ਰਿਸ਼ਤੇਦਾਰ ਆ ਜਾਂਦੇ ਜਿਨ੍ਹਾਂ ਦੇ ਆਉਣ ਦਾ ਚਾਅ ਘੱਟ ਅਤੇ ਆਪਾਂ ਨੂੰ ਫਿਕਰ ਜ਼ਿਆਦਾ ਚੜ ਜਾਂਦਾ। ਸੋ ਇਹੋ ਜਿਹੇ ਰਿਸ਼ਤੇਦਾਰਾਂ ਨੂੰ ਭਜਾਉਣ ਵਾਸਤੇ ਅੱਜ ਆਪਾਂ ਬਣਾਵਾਂਗੇ ਪਰਮਾਣੂ ਪਰਾਂਠਾ, ਜਿਹੜਾ ਕਿ ਬਣਦਾ ਮੂਲੀ ਦੇ ਨਾਲ। ਸੋ ਜਿਵੇਂ ਕਿ ਆਪਣੀ ਮਾਵਾਂ ਠੰਡੀਆਂ ਚਾਵਾਂ ਕੋਈ ਵੀ ਚੀਜ਼ ਵੇਸਟ ਨਹੀਂ ਜਾਣ ਦਿੰਦੀ, ਆਪਾਂ ਵੀ ਕੁਛ ਵੀ ਵੇਸਟ ਨਹੀਂ ਜਾਣ ਦੇਣਾ। ਅੱਜ ਆਪਾਂ ਮੂਲੀ ਦੇ ਪਾਣੀ ਦਾ ਵੀ ਇਸਤੇਮਾਲ ਕਰਾਂਗੇ ਡੋ ਬਣਾਉਣ ਵਾਸਤੇ, ਅਤੇ ਨਾਲ ਹੀ ਆਪਾਂ ਜਿਹੜੇ ਉਹਦੇ ਪੱਤੇ ਹੈ ਉਹ ਵੀ ਇਸਤੇਮਾਲ ਕਰਾਂਗੇ ਆਪਣੀ ਸਟਫਿੰਗ ਦੇ ਅੰਦਰ। ਨਾਲੇ ਜੇ ਤੁਸੀਂ ਬੋਰਡ ਦੇ ਪੇਪਰਾਂ ਚੀਟਿੰਗ ਕਰਨਾ ਚਾਹੁੰਦੇ ਵੀ ਕੋਈ ਵੀ ਇਨਵਿਜੀਲੇਟਰ ਤੁਹਾਡੇ ਨੇੜੇ ਨਾ ਲੱਗੇ, ਤਾਂ ਇਹ ਪਰਮਾਣੂ ਪਰਾਂਠਾ ਤੁਹਾਡੇ ਲਈ ਬੜਾ ਕਾਰਗਰ ਸਾਬਿਤ ਹੋ ਸਕਦਾ ਹੈ ਔਰ ਤੁਸੀਂ ਚੰਗੇ ਨੰਬਰ ਵੀ ਲਿਆ ਸਕਦੇ ਹੋ। ਹੁਣ ਆਪਾਂ ਸਟਫਿੰਗ ਤਿਆਰ ਕਰ ਲਈਏ, ਲੇਕਿਨ ਆਪਾਂ ਸੌਫਟ ਅਤੇ ਸਟੈਚੀ ਡੋ ਬਣਾਉਣਾ ਜਿਹਦੇ ਅੰਦਰੋਂ ਮੂਲੀ ਦੀ ਸਟਫਿੰਗ ਬਾਹਰ ਨਿਕਲ ਕੇ ਝਾਤੀਆਂ ਨਾ ਮਾਰੇ। ਤੋ ਆਟੇ ਨੂੰ ਚੰਗੀ ਤਰ੍ਹਾਂ ਮੁੱਕਿਆਂ ਨਾਲ ਕੁੱਟਣ ਤੋਂ ਬਾਅਦ ਆਪਾਂ ਇੱਕ ਸੀਜ਼ਨਿੰਗ ਤਿਆਰ ਕਰਨੀ ਜਿਹਦੇ ਅੰਦਰ ਆਪਾਂ ਆਮਚੂਰ, ਰੈੱਡ ਚਿੱਲੀ, ਅਜਵਾਇਨ ਅਤੇ ਸੋਲਟ ਐਡ ਕਰਨਾ ਹੈਗਾ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਬਾਅਦ 'ਚੋਂ ਉੱਤੋਂ ਪਾਵਾਂਗੇ ਆਪਣੀ ਸਟਫਿੰਗ ਦੇ ਅੰਦਰ। ਨਾਲੇ ਪਰੌਂਠਾ ਖਾ ਕੇ ਤੁਸੀਂ ਆਪਣੀ ਓਯੋ ਰੂਮ ਵਾਲੀ ਡੇਟ 'ਤੇ ਨਾ ਜਾਇਓ, ਨਹੀਂ ਤਾਂ ਤੁਹਾਡਾ ਪਾਟਰ ਦਇਆ ਦੀ ਤਰ੍ਹਾਂ ਦਰਵਾਜ਼ਾ ਤੋੜ ਕੇ ਬਾਹਰ ਨਿਕਲ ਜੂਗਾ। ਬਿਕੋਜ਼ ਇਹ ਪਰੌਂਠੇ ਨੂੰ ਖਾਣ ਤੋਂ ਬਾਅਦ ਨਾਸਾ ਵਾਲਿਆਂ ਦੇ ਵੀ ਨਾਸਾਂ ਦੇ ਬਾਲ ਸੜ ਗਏ ਸੀਗੇ ਅਤੇ ਉਹ ਇਹਨੂੰ ਕਹਿਣ ਲੱਗ ਪਏ ਵੈਪਨ ਆਫ ਮਾਸ ਡਿਸਟ੍ਰਕਸ਼ਨ। ਸੋ ਇਹ ਵੈਪਨ ਨੂੰ ਆਪਾਂ ਚੰਗੇ ਕੰਮਾਂ ਲਈ ਇਸਤੇਮਾਲ ਕਰਾਂਗੇ, ਜਿਵੇਂ ਕਿ ਇਹਨੂੰ ਖਾਣ ਤੋਂ ਬਾਅਦ ਤੁਸੀਂ ਮੁੱਕਿਆ ਸਿਲੰਡਰ ਵੀ ਭਰ ਸਕਦੇ ਹੋ। ਸੋ ਜਿਵੇਂ ਕਿ ਤੁਸੀਂ ਦੇਖਿਆ, ਸਭ ਤੋਂ ਪਹਿਲਾਂ ਮੈਂ ਬ੍ਰਸ਼ ਕੀਤਾ ਆਇਲ ਤਾਂ ਕਿ ਜਿਹੜੀ ਸਟਫਿੰਗ ਚੰਗੀ ਤਰ੍ਹਾਂ ਸਲਾਈਡ ਕਰੇ, ਉੱਤੇ ਥੋੜੀ ਸੀਜ਼ਨਿੰਗ ਪਾਤੀ, ਥੋੜਾ ਜਿਹਾ ਆਟਾ ਥੱਲੇ ਤੇ ਉੱਤੇ ਵੀ ਪਾਇਆ ਤੇ ਸੀਜ਼ਨਿੰਗ ਵੀ ਉੱਤੇ ਪਾਈ ਹੈ ਤਾਂ ਕਿ ਚੰਗੀ ਤਰ੍ਹਾਂ ਸੀਜ਼ਨ ਹੋ ਜਾਵੇ, ਨਾਲੇ ਜਿਹੜਾ ਆਪਣੇ ਮੋਇਸਚਰ ਬਚਿਆ ਕੁਚਿਆ ਹੈਗਾ ਉਹ ਆਟੇ ਦੇ ਨਾਲ ਨਾ ਚਿਪਕੇ ਔਰ ਸਟਫਿੰਗ ਬਾਹਰ ਨਾ ਆਵੇ। ਨਾਲੇ ਆਪਾਂ ਇਹ ਗੰਢ ਜੀ ਨਹੀਂ ਛੱਡਣੀ, ਇਹਨੂੰ ਆਪਾਂ ਥੱਲੇ ਨੂੰ ਧੱਕਾਂਗੇ ਤਾਂ ਕਿ ਆਪਣਾ ਈਵਨ ਆਊਟ ਹੋ ਜਾਵੇ ਪਰਾਂਠਾ। ਇਹਨੂੰ ਆਪਾਂ ਡਸਟ ਇੱਕੋ ਵਾਰੀ ਚੰਗੀ ਤਰ੍ਹਾਂ ਕਰਾਂਗੇ ਤਾਂ ਕਿ ਆਪਾਂ ਹੌਲੇ ਹੱਥ ਨਾਲ ਇਹਨੂੰ ਬੇਲ ਸਕੀਏ। ਤੇ ਹੁਣ ਇੱਕ ਜ਼ਰੂਰੀ ਟਿਪ, ਜੇ ਤੁਹਾਡੀ ਕੋਈ ਸਹੇਲੀ ਤੁਹਾਨੂੰ ਬਹੁਤ ਮਿਹਣੇ ਮਾਰਦੀ ਤੁਹਾਡੀ ਕਿੱਟੀ ਪਾਰਟੀ 'ਚ, ਤੁਸੀਂ ਉਹਦੀ ਵਾਰੀ ਦਾ ਵੇਟ ਕਰਨਾ, ਤੁਸੀਂ ਰਾਤ ਦੇ ਬਚੇ ਹੋਏ ਰਾਜਮਾਂਹ ਦੇ ਨਾਲ ਤੜਕੇ ਤੜਕੇ ਮੂਲੀ ਦੇ ਪਰੌਂਠੇ ਲਾ ਲੈਣੇ ਹੈ। ਇਹ ਬਰੂਦੀ ਪਰਾਂਠੇ ਠੂਸ ਕੇ ਤੁਸੀਂ ਉਹਦੀ ਪਾਰਟੀ 'ਚ ਜਾਣਾ ਤੇ ਉਹਦੀ ਪਾਰਟੀ 'ਚ ਜਾ ਕੇ ਭੜਥੂ ਪਾਉਣੀ ਹੈ। ਬਸ ਇੱਕ ਗੱਲ ਯਾਦ ਰੱਖਿਓ, ਮਾਰ ਕੇ ਮੁੱਕਰ ਜਾਣਾ, ਬਿਕੋਜ਼ ਮਾਰ ਕੇ ਤਾਂ ਹਰ ਕੋਈ ਮੁੱਕਰ ਜਾਂਦਾ, ਫੇਰ ਹੋਊਗੀ ਲਾ 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 ਲਾ। ਸੋ ਫਰੈਂਡਸ, ਨਾਓ ਦੈਟ ਯੂ ਨੋ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਸੇ ਦਾ ਹਾਜ਼ਮਾ ਖਰਾਬ ਹੋਵੇਗਾ। ਐਂਡ ਥੈਂਕ ਯੂ ਸੋ ਮਚ ਫੋਰ ਫਾਲੋਇੰਗ ਸੁੱਖੀ ਪਿਆਰ ਦੀ ਭੁੱਖੀ।